ਮਿਆ ਫੇ ਦੇਵੀ ਚੇਤਨੀ ਹੈ ਇਸ਼ਕਮ ਤੇਰੇ ਇੱਕ ਮੈਨਾਂ ਉਸਕਾ ਮਾਮਾਉ ਮੈਂ ਵਹ ਇਲਾਕਾ ਕਿਹੜਾ ਆਪਣਾ ਤਨ ਤਾਰਨ ਫਿਰ ਆਪਾਂ ਪੰਜਾਬੀ ਤੇ ਨਾ ਆ ਜੀ ਲੈ ਮੈਂ ਤੇ ਐਵੇਂ ਭਲੇਖੇ ਜੀਂਦੀ ਨਾ ਕੋ ਤੁਮ ਉਥੋਂ ਡਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਹਾਂ ਕੁਦਰਤ ਕੌਰ ਤੇ ਆਪ ਸਭ ਦਾ ਸਵਾਗਤ ਹੈ ਮੇਰੇ ਚੈਨਲ ਮੇਕਅਪ ਆਏ ਕੁਦਰਤ ਤੇ ਤੇ ਅੱਜ ਜਿਹੜੀ ਮੈਂ ਲੁੱਕ ਕ੍ਰੀਏਟ ਕੀਤੀ ਹੈ ਉਹ ਬਲੈਕ ਸਾੜੀ ਦੇ ਨਾਲ ਲੁੱਕ ਮੈਂ ਕ੍ਰੀਏਟ ਕੀਤੀ ਹੈ ਤੁਸੀਂ ਕਿਸੇ ਵੀ ਫੈਸਟੀਵਲ ਮੇਕਅਪ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਕਿਸੇ ਪਾਰਟੀ ਤੇ ਫੰਕਸ਼ਨ ਤੇ ਵੈਡਿੰਗ ਫੰਕਸ਼ਨ ਤੇ ਮੇਕਅਪ ਕਰਨਾ ਚਾਹੁੰਦੇ ਹੋ ਬਲੈਕ ਸਾੜੀ ਦੇ ਨਾਲ ਤਾਂ ਵੀ ਤੁਸੀਂ ਕਰ ਸਕਦੇ ਹੋ ਬੜਾ ਹੀ ਪਿਆਰਾ ਲੁੱਕ ਜਿਹੜਾ ਉਹ ਕ੍ਰੀਏਟ ਹੋਇਆ ਹੈ ਹੈਲੋ ਆਈ ਮੇਕਅਪ ਮੈਂ ਕ੍ਰੀਏਟ ਕੀਤਾ ਹੈ ਬਲੈਕ ਐਂਡ ਗੋਲਡਨ ਆਈ ਮੇਕਅਪ ਹੈ ਠੀਕ ਹੈ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਫੈਮਲੀ ਐਂਡ ਫਰੈਂਡਸ ਦੇ ਨਾਲ ਤੇ ਅਗਰ ਤੁਸੀਂ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਮੈਨੂੰ ਰਿਕੁਐਸਟ ਆਈ ਸੀ ਕਿ ਤੁਸੀਂ ਵੀਡੀਓ ਜਿਹੜੀ ਹੈ ਪੰਜਾਬੀ ਦੇ ਵਿੱਚ ਬਣਾਓ ਤੇ ਇਸ ਕਰਕੇ ਮੈਂ ਇਸ ਵੀਡੀਓ ਨੂੰ ਪੰਜਾਬੀ ਦੇ ਵਿੱਚ ਬਣਾ ਰਹੀ ਆ ਤੇ ਚਲੋ ਦੇਖਦੇ ਹਾਂ ਕਿ ਸਾਨੂੰ ਇਹ ਮੇਕਅਪ ਲੁੱਕ ਇਸ ਤਰੀਕੇ ਨਾਲ ਕ੍ਰੀਏਟ ਕਰਨੀ ਹੈ ਤੁਹਾਨੂੰ ਸਭ ਤੋਂ ਪਹਿਲੇ ਆਪਣੇ ਫੇਸ ਨੂੰ ਕਲੀਨ ਕਰਨਾ ਹੁੰਦਾ ਹੈ ਠੀਕ ਹੈ ਫੇਟ ਟੋਨਰ ਅਪਲਾਈ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਤਾਂ ਮੋਇਸਚਰਾਈਜ਼ਰ ਅਪਲਾਈ ਕਰਨਾ ਹੁੰਦਾ ਬਟ ਅਗਰ ਤੁਸੀਂ ਦਿਨ ਦੇ ਟਾਈਮ ਮੇਕਅਪ ਕਰ ਰਹੇ ਹੋ ਤਾਂ ਤੁਸੀਂ ਸਨ ਸਕ੍ਰੀਨ ਵੀ ਜ਼ਰੂਰ ਲਗਾ ਲਿਓ ਠੀਕ ਹੈ ਉਸਦੇ ਬਾਅਦ ਮੈਂ ਮੋਇਸਚਰਾਈਜ਼ਰ ਯੂਜ਼ ਕੀਤਾ ਨੀਵਿਆ ਦਾ ਤਾਂ ਉਸਦੇ ਬਾਅਦ ਮੈਂ ਯੂਜ਼ ਕਰ ਰਹੀ ਹਾਂ ਕਿਸ ਬਿਊਟੀ ਦਾ ਐਚਡੀ ਪ੍ਰਾਈਮਰ ਮੈਂ ਯੂਜ਼ ਕਰ ਰਹੀ ਹਾਂ ਐਸਨ ਆਲ ਸਿਰਫ ਤੁਹਾਡਾ ਮੇਕਅਪ ਸਟਿਕ ਹੀ ਹੋਏਗਾ ਇਹ ਤੁਹਾਡੇ ਪੋਰਸ ਨੂੰ ਬਲਰ ਨਹੀਂ ਕਰਦਾ ਠੀਕ ਹੈ ਤੇ ਇਸ ਤਰੀਕੇ ਨਾਲ ਮੈਂ ਇਹਨੂੰ ਲਗਾ ਲਿਆ ਉਸ ਤੋਂ ਬਾਅਦ ਮੈਂ ਯੂਜ਼ ਕਰ ਰਹੀ ਹਾਂ ਐਲੇਗਲ ਦਾ orange corrector ਜਿਹੜਾ ਹੈ ਉਹ ਮੈਂ ਯੂਜ਼ ਕਰ ਰਹੀ ਹਾਂ ਥੋੜੀ ਜਿਹੀ ਮੇਰੀ ਡਿਸਕਲਰੇਸ਼ਨ ਹੈ ਮਾਰਟਲੀ ਅਰਾਊਂਡ ਮੇਰਾ ਫੇਸ ਕਾਫੀ ਥੋੜੇ ਟਾਈਮ ਪਿੱਛੇ ਖਰਾਬ ਹੋਣਾ ਸਟਾਰਟ ਹੋ ਗਿਆ ਸੀ ਕਿਉਂਕਿ ਮੈਂ ਬਿਲਕੁਲ ਵੀ ਕੇਅਰ ਨਹੀਂ ਕੀਤੀ ਸੀ ਮੇਰੀ ਹੈਲਥ ਥੋੜੀ ਜਿਹੀ ਠੀਕ ਨਹੀਂ ਚੱਲ ਰਹੀ ਸੀ ਪਰ ਫਿਰ ਤੋਂ ਮੈਂ ਆਪਣੀ ਸਕਿਨ ਦੀ ਕੇਅਰ ਕਰਨੀ ਸਟਾਰਟ ਕਰ ਦਿੱਤੀ ਹੈ ਤੇ ਤੁਸੀਂ ਮੇਰੀਆਂ ਪਹਿਲੇ ਵੀਡੀਓਜ਼ ਵਿੱਚ ਤੇ ਇਸ ਵੀਡੀਓ ਦੇ ਵਿੱਚ ਡਿਫਰੈਂਸ ਦੇਖ ਸਕਦੇ ਹੋ ਕਾਫੀ ਫੇਸ ਦੇ ਵਿੱਚ ਫਰਕ ਆਣਾ ਸਟਾਰਟ ਹੋ ਗਿਆ ਹੈ ਇਹ ਮੈਂ ਕਿਸ ਤਰੀਕੇ ਨਾਲ ਕਰ ਰਹੀ ਹਾਂ ਉਹ ਵੀ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਕੁਝ ਡੀਆਈਵਾਈ ਵੀ ਮੈਂ ਯੂਜ਼ ਕਰ ਰਹੀ ਹਾਂ ਉਹਦੀਆਂ ਵੀਡੀਓਜ਼ ਵੀ ਮੈਂ ਜ਼ਰੂਰ ਸ਼ੇਅਰ ਕਰਾਂਗੀ ਤੁਹਾਡੇ ਨਾਲ ਉਸਦੇ ਬਾਅਦ ਮੈਂ ਯੂਜ਼ ਕਰ ਰਹੀ ਆ ਇਥੇ ਐਲੇਗਲ ਦਾ ਜੈਲ ਲਾਈਨਰ ਇਹਦਾ ਰੰਗ ਜਿਹੜਾ ਹੈਗਾ ਬਰਾਊਨ ਹੈ ਡਾਰਕ ਬਰਾਊਨ ਇਹਦੇ ਨਾਲ ਮੈਂ ਆਪਣੇ ਆਈਬ੍ਰੋਸ ਨੂੰ ਕਰ ਰਹੀ ਆ ਫਿਲ ਛੋਟੇ ਛੋਟੇ ਸਟ੍ਰੋਕਸ ਦੇ ਕੇ ਮੈਂ ਆਪਣੇ ਜਿਹੜੇ ਆਈਬ੍ਰੋਸ ਦੇ ਗੈਪਸ ਨੇ ਉਹਨਾਂ ਨੂੰ ਫਿਲ ਕਰ ਰਹੀ ਆ ਠੀਕ ਹੈ ਇਸ ਤਰੀਕੇ ਦੇ ਨਾਲ ਤੇ ਮੈਂ ਫਿਲ ਕਰ ਲਿਆ ਆਪਣੇ ਆਈਬ੍ਰੋਸ ਨੂੰ ਉਸਦੇ ਬਾਅਦ ਮੈਂ ਇਥੇ ਯੂਜ਼ ਕੀਤਾ ਐ ਐਮਐਨ ਦਾ ਕੰਸੀਲਰ ਜਿਹੜਾ ਹੈ ਨਾ ਉਹ ਮੈਂ ਯੂਜ਼ ਕੀਤਾ ਹੈ ਇੱਕ ਫਲੈਟ ਬਰਸ਼ ਦੀ ਹੈਲਪ ਦੇ ਨਾਲ ਮੈਂ ਇਸ ਨੂੰ ਆਪਣੇ ਹਾਈਲਾਈਟਰ ਲਗਾ ਦੇ ਨਾਲ ਹੀ ਮੈਂ ਆਪਣੇ ਆਈਬ੍ਰੋ ਨੂੰ ਵੀ ਜਿਹੜਾ ਹੈ ਨੀਟ ਕਰ ਰਹੀ ਹਾਂ ਆਈਬ੍ਰੋਜ਼ ਨੂੰ ਫਿਲ ਕਰਨਾ ਬੜਾ ਹੀ ਜ਼ਰੂਰੀ ਹੁੰਦਾ ਹੈ ਅਗਰ ਤੁਸੀਂ ਮੇਕਅਪ ਕਰ ਰਹੇ ਹੋ ਸਪੈਸ਼ਲੀ ਅਗਰ ਤੁਸੀਂ ਹੈਵੀ ਮੇਕਅਪ ਕਰ ਰਹੇ ਹੋ ਨਾ ਆਪਣੇ ਆਈਬ੍ਰੋਜ਼ ਨੂੰ ਜ਼ਰੂਰ ਫਿਲ ਕਰੋ ਠੀਕ ਹੈ ਮੈਂ ਉਪਰੋਂ ਤੇ ਥੱਲੇੋਂ ਆਪਣੇ ਆਈਬ੍ਰੋਜ਼ ਨੂੰ ਪ੍ਰੋਪਰਲੀ ਜਿਹੜਾ ਹੈ ਮੈਂ ਨੀਟ ਕਰ ਰਹੀ ਹਾਂ ਇੱਕ ਅੱਛੀ ਸ਼ੇਪ ਜਿਹੜੀ ਉਹਦੀ ਆ ਜਾਏਗੀ ਉਸਦੇ ਬਾਅਦ ਮੈਂ ਥੇਲੇ ਆਏ ਮੈਕ ਦਾ ਕੰਪੈਕਟ ਉਹਦੇ ਨਾਲ ਮੈਂ ਇਸ ਕੰਸੀਲਰ ਨੂੰ ਜਿਹੜਾ ਸੈੱਟ ਕਰ ਰਹੀ ਹਾਂ ਠੀਕ ਹੈ ਉਹਦੇ ਬਾਅਦ ਮੈਂ ਇੱਥੇ ਯੂਜ਼ ਕੀਤਾ ਹੈ ਰੋਮਾਂਟਿਕ ਬਿਊਟੀ ਦਾ ਪੈਲੇਟ ਉਹਦੇ ਵਿੱਚੋਂ ਮੈਂ ਡਾਰਕ ਬ੍ਰਾਊਨ ਸ਼ੇਡ ਲੈ ਰਹੀ ਹਾਂ ਇੱਕ ਸਮਾਲ ਬਲੈਂਡਿੰਗ ਬਰਸ਼ ਜਿਹੜਾ ਫਲਫੀ ਬਰਸ਼ ਉਹ ਮੈਂ ਯੂਜ਼ ਕਰ ਰਹੀ ਹਾਂ ਤੇ ਇਹਨੂੰ ਮੈਂ ਆਪਣੀ ਕ੍ਰੀਜ਼ ਲਾਈਨ ਦੇ ਉੱਪਰ ਇਸ ਤਰੀਕੇ ਦੇ ਨਾਲ ਲਗਾ ਰਹੀ ਹਾਂ ਠੀਕ ਹੈ ਜ਼ਰੂਰੀ ਨਹੀਂ ਹੈ ਕਿ ਜਿਹੜਾ ਪੈਲਟ ਜਾਂ ਪ੍ਰੋਡਕਟਸ ਮੈਂ ਯੂਜ਼ ਕੀਤੇ ਨੇ ਤੁਹਾਨੂੰ ਉਹੀ ਯੂਜ਼ ਕਰਨੇ ਨੇ ਤੁਹਾਡੇ ਕੋਲ ਜਿਹੜੇ ਵੀ ਪ੍ਰੋਡਕਟਸ ਅਵੇਲੇਬਲ ਨੇ ਤੁਸੀਂ ਉਹਨਾਂ ਨੂੰ ਯੂਜ਼ ਕਰਕੇ ਇਹ ਵਾਲਾ ਮੇਕਅਪ ਜਿਹੜਾ ਤੁਸੀਂ ਕ੍ਰੀਏਟ ਕਰ ਸਕਦੇ ਹੋ ਠੀਕ ਹੈ ਤੇ ਮੈਂ ਅੱਜ ਜਿਹੜੀਆਂ ਬਲੈਕ ਸਮੋਕੀ ਨਾਟ ਸਮੋਕੀ ਹੇਲੋ ਆਈ ਕ੍ਰੀਏਟ ਕਰਨੀ ਹੈ ਬਲੈਕ ਸ਼ੈਡੋ ਨਾਲ ਖੇਡਣਾ ਜਿਹੜਾ ਹੁੰਦਾ ਆਈ ਮੀਨ ਪਲੇ ਕਰਨਾ ਯੂਜ਼ ਕਰਨਾ ਥੋੜਾ ਡਿਫਿਕਲਟ ਹੁੰਦਾ ਹੈ ਠੀਕ ਹੈ ਤੇ ਇਸ ਕਰਕੇ ਮੈਂ ਇਹਨੂੰ ਲਗਾਉਂਦੀ ਜਾਊਂਗੀ ਜਿੱਦਾਂ ਜਿੱਦਾਂ ਮੈਨੂੰ ਨੀਡ ਲੱਗਦੀ ਜਾਏਗੀ ਕਿ ਮੈਨੂੰ ਹੋਰ ਬਲੈਂਡਿੰਗ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਮੈਂ ਇਹਨੂੰ ਹੋਰ ਬਲੈਂਡ ਕਰਦੀ ਜਾਵਾਂਗੀ ਠੀਕ ਹੈ ਤੇ ਇਸ ਤਰ੍ਹਾਂ ਪਹਿਲੇ ਮੈਂ ਜੈਲ ਲਾਈਨਰ ਲਿਆਏ ਇਹ ਲਿਆਏ ਮੈਂ ਮਿਸ ਰੋਜ਼ ਦਾ ਬਲੈਕ ਵਾਲਾ ਤੇ ਇਸ ਤਰੀਕੇ ਨਾਲ ਮੈਂ ਆਪਣੇ ਇਨਰ ਕਾਰਨਰ ਐਂਡ ਆਊਟਰ ਕਾਰਨਰ ਤੇ ਇਸ ਤਰੀਕੇ ਨਾਲ ਲਗਾ ਰਹੀ ਹਾਂ ਉਸਦੇ ਬਾਅਦ ਮੈਂ ਸੇਮ ਪੈਲੇਟ ਵਿੱਚੋਂ ਬਲੈਕ ਸ਼ੈਡੋ ਲਿਆਏ ਇੱਕ ਫਲੈਟ ਸਮਾਲ ਬਰਸ਼ ਜਿਹੜਾ ਮੈਂ ਯੂਜ਼ ਕਰ ਰਹੀ ਹਾਂ ਇਸ ਤਰੀਕੇ ਨਾਲ ਜਿੱਥੇ ਮੈਂ ਕਾਜਲ ਅਪਲਾਈ ਕੀਤਾ ਹੈ ਨਾ ਉਹਦੇ ਉੱਪਰ ਮੈਂ ਇਸ ਤਰੀਕੇ ਨਾਲ ਲਗਾ ਰਹੀ ਹਾਂ ਉਸ ਨੂੰ ਕਰੀਮ ਪ੍ਰੋਡਕਟ ਨੂੰ ਜਿਹੜਾ ਸੈੱਟ ਕਰ ਲਈ ਹਾਂ ਸੈੱਟ ਕਰਨ ਤੋਂ ਬਾਅਦ ਮੈਂ ਥੋੜਾ ਸਾ ਥੋੜਾ ਜਿਹਾ ਹੁਣ ਹਿੰਦੀ ਦੀ ਆਦਤ ਪੈ ਗਈ ਹੈ ਨਾ ਬੋਲਣ ਦੀ ਹੁਣ ਕਈ ਵਾਰੀ ਨਾ ਮੂੰਹ ਚ ਵਰਡ ਵੀ ਹਿੰਦੀ ਦਾ ਹੀ ਨਿਕਲ ਜਾਂਦਾ ਉਹ ਉਸ ਦੇ ਬਾਅਦ ਮੈਂ ਦੋਨਾਂ ਨੂੰ ਮਿਲਾ ਦਿੱਤਾ ਆਪਸ ਦੇ ਵਿੱਚ ਠੀਕ ਹੈ ਤੇ ਇਹਦੀਆਂ ਮੈਂ ਅਗੇਨ ਤੋਂ ਬਲੈਕ ਐਂਡ ਬ੍ਰਾਊਨ ਸ਼ੈਡੋ ਲੈ ਕੇ ਜਿਹੜੀਆਂ ਇਹਦੀ ਹਾਰਸ਼ ਲਾਈਨਸ ਨੇ ਨਾ ਬਲੈਕ ਦੇ ਉਹਨਾਂ ਨੂੰ ਮੈਂ ਬਲੈਂਡ ਕਰਦੀ ਜਾ ਰਹੀ ਹਾਂ ਤੁਸੀਂ ਅੱਗੇ-ਅੱਗੇ ਵੀ ਦੇਖੋਗੇ ਮੈਂ ਨਾਲ-ਨਾਲ ਬਲੈਂਡ ਕਰਦੀ ਹੀ ਜਾਵਾਂਗੀ ਜਿੱਦਾਂ-ਜਿੱਦਾਂ ਮੈਨੂੰ ਲੱਗੇਗਾ ਕਿ ਜ਼ਰੂਰਤ ਹੈ ਮੈਂ ਬਲੈਂਡ ਕਰਦੀ ਹੀ ਜਾਊਂਗੀ ਕਿਉਂਕਿ ਬਲੈਂਡਿੰਗ ਤੇ ਕੀ ਹੁੰਦੀ ਹੈ ਇਸ ਸਪੈਸ਼ਲੀ ਜਦੋਂ ਅਸੀਂ ਬਲੈਕ ਸ਼ੈਡੋ ਯੂਜ਼ ਕਰਦੇ ਆ ਨਾ ਅਗਰ ਬਲੈਂਡਿੰਗ ਚੰਗੀ ਤਰ੍ਹਾਂ ਨਹੀਂ ਹੋਏਗੀ ਤੇ ਬੜੀਆਂ ਖਰਾਬ ਅੱਖਾਂ ਲੱਗਦੀਆਂ ਨੇ ਤੁਹਾਡੀਆਂ ਹੁਣ ਦੇਖੋ ਕਿਸ ਤਰ੍ਹਾਂ ਪਾਂਡਾ ਵਰਗੀਆਂ ਅੱਖਾਂ ਲੱਗ ਰਹੀਆਂ ਨੇ ਬਲੈਕ ਤੁਸੀਂ ਵੀ ਸੋਚ ਕੇ ਸੌਰੀ ਵੇਖ ਕੇ ਸੋਚ ਰਹੇ ਹੋਗੇ ਕਿ ਕਿਸ ਤਰ੍ਹਾਂ ਆਈ ਲਾਈਨ ਲੱਗ ਰਹੀਆਂ ਨੇ ਬਟ ਬੜੀਆਂ ਸੋਹਣੀਆਂ ਲੱਗਣ ਲੱਗ ਜਾਨੀਆਂ ਤੁਸੀਂ ਆਲਰੇਡੀ ਪਿਕਚਰਸ ਵਿੱਚ ਸਟਾਰਟਿੰਗ ਵਿੱਚ ਦੇਖ ਚੁੱਕੇ ਹੋ ਉਸ ਦੇ ਬਾਅਦ ਮੈਂ ਇਹ ਯੂਜ਼ ਕੀਤਾ ਹੈ ਫਿਰ ਤੋਂ ਮੈਂ ਇਹਦਾ ਕੰਸੀਲਰ ਜਿਹੜਾ ਨਾ ਮੈਂ ਉਹ ਯੂਜ਼ ਕੀਤਾ ਆ ਉਹਨੂੰ ਮੈਂ ਇਸ ਤਰੀਕੇ ਨਾਲ ਲਗਾ ਕਿਉਂਕਿ ਬਲੈਕ ਆਈ ਸ਼ੈਡੋ ਜਿਹੜੀ ਯੂਜ਼ ਕੀਤੀ ਹੈ ਤੇ ਥੋੜਾ ਜਿਹਾ ਮੈਂ ਜਦੋਂ ਤੇ ਇਹਦੇ ਤੇ 골ਡ ਆਈ ਸ਼ੈਡੋ ਜਿਹੜਾ ਉਹ ਲਗਾਣਾ ਇਹ ਥੋੜਾ ਨੀਟ ਹੋ ਜਾਏ ਉਸਦੇ ਬਾਅਦ ਮੈਂ ਸੇਮ ਪੈਲੇਟ ਦੇ ਵਿੱਚੋਂ ਨਾ 골ਡਨ ਸ਼ੈਡੋ ਲਈ ਸੀਗੀ ਠੀਕ ਹੈ ਉਹਨੂੰ ਮੈਂ ਇਸ ਤਰੀਕੇ ਨਾਲ ਲਗਾਇਆ ਇਹ ਜਿਹੜੀ 골ਡਨ ਸ਼ੈਡੋ ਹੈਗੀ ਹੈ ਨਾ ਉਹਦੇ ਵਿੱਚ ਉਸ ਪੈਲੇਟ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸ਼ਿਮਰੀ ਨਹੀਂ ਹੈਗੀ ਸ਼ਿਮਰੀ ਹੈ ਬਟ ਬਹੁਤ ਜ਼ਿਆਦਾ ਸ਼ਿਮਰ ਨਹੀਂ ਹੈ ਇਹਦੇ ਵਿੱਚ ਤੇ ਇੱਥੇ ਤੁਹਾਨੂੰ ਵੇਖਣ ਵਿੱਚ ਸ਼ਾਇਦ ਥੋੜੀ ਜੀ ਜਿਹੜੀ ਮੈਟ ਨਜ਼ਰ ਆ ਰਹੀ ਹੈ yellow yellow ਲੱਗ ਰਹੀ ਹੈ ਬਟ ਹੈ ਇਹ 골ਡਨ ਹੈ ਠੀਕ ਹੈ ਤੇ ਉਹਨੂੰ ਪਹਿਲੇ ਮੈਂ ਫਿੰਗਰ ਦੇ ਨਾਲ ਲਗਾ ਲਿਆ ਉਸਦੇ ਬਾਅਦ ਮੈਂ ਇਹਨੂੰ ਨਾ ਬਰਸ਼ ਦੀ ਹੈਲਪ ਦੇ ਨਾਲ ਫਿਰ ਤੇ ਫਿਰ ਸੀ I mean ਕਿ ਫਿਰ ਤੋਂ ਲਗਾ ਲਿਆ ਤੇ ਥੋੜਾ ਮੈਂ ਇਹਨੂੰ ਨੀਟ ਕਰ ਲਿਆ ਉਸਦੇ ਬਾਅਦ ਮੈਂ ਫਿਰ ਤੋਂ ਬਲੈਕ ਆਈ ਸ਼ੈਡੋ ਲਈ ਹੈ ਤੇ ਜਿਹੜੀਆਂ ਇਹਦੀਆਂ ਲਾਈਨਸ ਨੇ ਨਾ ਉਹਨੂੰ ਮੈਂ ਬਲੈਂਡ ਕਰ ਰਹੀ ਆ ਨਹੀਂ ਤੇ ਨਾ ਮਤਲਬ ਆਈ ਲੁੱਕ ਬਿਲਕੁਲ ਵੀ ਅੱਛੀ ਨਹੀਂ ਲੱਗਦੀ ਉਸਦੇ ਬਾਅਦ ਮੈਂ ਮਿਸ ਰੋਜ਼ ਦੀ 글ਿਟਰ ਗਲੂ ਜਿਹੜੀ ਹੈ ਨਾ ਉਹ ਮੈਂ ਯੂਜ਼ ਕਰ ਰਹੀ ਆ ਇਸ ਤਰੀਕੇ ਨਾਲ ਆਪਣੇ ਆਈਲਿਡ ਤੇ ਲਗਾ ਲਈ ਆ ਥੋੜੇ ਥੋੜੇ ਲਗਾ ਰਹੀ ਹਾਂ ਤੇ ਹਲਕੀ ਜਿਹੀ ਟੈਕੀ ਹੋਏਗੀ ਨਾ ਜਦੋਂ ਉਸਦੇ ਬਾਅਦ ਮੈਂ ਇਥੇ ਲੂਜ਼ ਗਲਿਟਰ ਜਿਹੜਾ ਨਾ 골ਡਨ ਉਹ ਮੈਂ ਯੂਜ਼ ਕਰ ਰਹੀ ਹਾਂ ਠੀਕ ਹੈ ਉਹਨੂੰ ਮੈਂ ਇਸ ਤਰੀਕੇ ਨਾਲ ਬ੍ਰਸ਼ ਦੀ ਹੈਲਪ ਨਾਲ ਲਗਾ ਦੇऊंगी ਮੈਨੂੰ ਨਾ ਦੋ ਸ਼ੈਡੋਸ ਸੌਰੀ ਦੋ ਚਾਹੀਦੇ ਸੀ ਗਲਿਟਰ ਜਿਹੜੇ ਨਾ ਦੋ ਤਰ੍ਹਾਂ ਦੇ ਲੱਗਣ ਠੀਕ ਹੈ ਤੇ ਇਸ ਲਈ ਮੈਂ ਦੂਸਰਾ ਵੀ ਇੱਕ ਕਾਪਰ ਕਲਰ ਦਾ ਜਿਹੜਾ ਉਹ ਵੀ ਮੈਂ ਇਸ ਦੇ ਉੱਪਰ ਹੀ ਲਗਾ ਰਹੀ ਹਾਂ ਫਿਰ ਤੋਂ ਮੈਂ ਗਲੂ ਲਗਾਈ ਹੈ ਤੇ ਉਸ ਦੇ ਉੱਪਰ ਮੈਂ ਇਸ ਨੂੰ ਜਿਹੜਾ ਆ ਫਿਰ ਤੋਂ ਜਿਹੜਾ ਫਿਕਸ ਕਰ ਰਹੀ ਹਾਂ ਠੀਕ ਹੈ उसके बाद फिर तो मैं एक क्लीन ब्रश जो मैं यूज़ कर रही हूँ ब्लैंडिंग करने वास्त लाइनज नहीं रहनिया चाहिए जिस तरह मैं तुम्हें तो पहले भी दसाया कि मैं ब्लैंडिंग कर दी जाऊँगी उसके बाद मैं इतने यूज़ कर रही ही एच कोसमैटिक्स की एच डी मेबलिन मेबलीन फिटमीर सट इन मैट सैमटिंग मैट फाउंडेषन जी दोनों यूज़ की क्योंकि जी एच डी फाउंडेन बी एच कॉसमैटिक्स की बहुत ज़्यादा थिक है ਦੇ ফুল ਕਵਰੇਜ ਦਾ ਹੈ ਇਹ ਬਟ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਤੇ ਮੇਰੇ ਸ਼ੇਡ ਨਾਲ ਥੋੜੀ ਜਿਹੀ ਡਾਰਕ ਵੀ ਹੈ ਤੇ ਇਸ ਕਰਕੇ ਮੈਂ ਇਹਦੇ ਵਿੱਚ ਇਹ ਵਾਲੀ ਫਾਊਂਡੇਸ਼ਨ ਮਿਕਸ ਕੀਤੀ ਹੈ ਮੈਨੂੰ ਨਾ ਇਹ ਜਿਹੜੀ ਫਾਊਂਡੇਸ਼ਨ ਹੈਗੀ ਹੈ ਨਾ ਮੇਬਲਿੰਗ ਦੀ ਹਰ ਇੱਕ ਫਾਊਂਡੇਸ਼ਨ ਵਿੱਚ ਮਿਕਸ ਕਰਕੇ ਅਗਰ ਮੈਂ ਲਗਾਵਾਂ ਨਾ ਮੈਨੂੰ ਬੜੀ ਵਧੀਆ ਲੱਗਦੀ ਹੈ ਜਿਹੜੀ ਫਿਨਿਸ਼ਿੰਗ ਆਉਂਦੀ ਹੈ ਨਾ ਬੜੀ ਵਧੀਆ ਆਉਂਦੀ ਹੈ ਤੇ ਅਗਰ ਤੁਹਾਨੂੰ ਮਿਲੇ ਤਾਂ ਤੁਸੀਂ ਜ਼ਰੂਰ ਇਸ ਨੂੰ ਯੂਜ਼ ਕਰਕੇ ਦੇਖੋ ਬੜੀ ਵਧੀਆ ਫਾਊਂਡੇਸ਼ਨ ਲੱਗਦੀ ਹੈ ਬਟ ਪ੍ਰੋਬਲਮ ਇਹ ਹੈ ਕਿ ਮੈਂ ਦੋ ਸ਼ੇਡਸ ਜਿਹੜੀਆਂ ਮੰਗਵਾਈਆਂ ਸੀ ਤੇ ਦੋਨੇ ਹੀ ਮੇਰੀ ਸਕਿਨ ਟਨ ਨਾਲੋਂ ਲਾਈਟ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਮਿਕਸ ਕਰਕੇ ਕਈ ਵਾਰ ਲਗਾ ਲੈਣੀ ਆ ਜਿਦੇ ਵਿੱਚ ਮੈਨੂੰ ਲੱਗਦਾ ਕਿ ਜ਼ਰੂਰਤ ਹੈ ਜ਼ਿਆਦਾ ম্যাਟ ਫਾਊਂਡੇਸ਼ਨ ਹੁੰਦੀ ਆ ਉਹਦੇ ਵਿੱਚ ਮੈਂ ਮਿਕਸ ਕਰ ਲੈਣੀ ਆ ਉਸਦੇ ਬਾਅਦ ਫਿਰ ਤੋਂ ਮੈਂ ਵਹੀ ਫਿਰ ਤੋਂ ਮੈਂ ਉਹੀ ਜਿਹੜੀ ਕੰਸੀਲਰ ਸੀ ਨਾ ਐਮ ਐਨ ਦਾ ਉਹੀ ਮੈਂ ਯੂਜ਼ ਕੀਤਾ ਹੈ ਇੱਥੇ ਠੀਕ ਹੈ ਅੰਡਰ ਆਈਜ਼ ਮੇ ਲਗਾਇਆ ਬ੍ਰਿਜ ਆਫ ਮਾਈ ਨੋਜ਼ ਲਗਾਇਆ ਲੀਵਸ ਦੇ ਕੋਨਰਸ ਤੇ ਚਿਨ ਸੇ ਇਸ ਤਰੀਕੇ ਨਾਲ ਮੈਂ ਲਗਾਇਆ ਤੇ ਇਹਨੂੰ ਮੈਂ ਅੱਛੇ ਤਰੀਕੇ ਨਾਲ ਫਿਰ ਤੋਂ ਬਿਊਟੀ ਬਲੈਂਡਰ ਦੀ ਹੈਲਪ ਨਾਲ ਨਾਲ ਕਰ ਦਿੱਤਾ ਬਲੈਂਡ ਠੀਕ ਹੈ ਉਸਦੇ ਬਾਅਦ ਮੈਂ ਥੇਲੇ ਆਏ ਇਸ ਪੰਦਾ ਲੂਸ ਪਾਊਡਰ ਤੇ ਮੈਂ ਪੂਰੇ ਫੇਸ ਨੂੰ ਥੋੜਾ ਸਾ ਥੋੜਾ ਸਾ ਪਤਾ ਨਾ ਦੇਖੋ ਆदत ਪੈ ਗਈ ਹੈ ਨਾ ਹਿੰਦੀ ਬੋਲਣ ਦੀ ਤੇ ਹਿੰਦੀ ਚ ਹੋ ਜਾਂਦੀ ਜਦੋਂ ਮੈਂ ਹਿੰਦੀ ਚ ਰਿਕਾਰਡਿੰਗ ਕਰਦੀ ਹਾਂ ਤਾਂ ਕੋਈ ਕੋਈ ਵਰਡ ਪੰਜਾਬੀ ਚ ਆ ਹੋ ਜਾਂਦਾ ਇਸ ਤਰ੍ਹਾਂ ਕਨਫਿਊਜ਼ਨ ਜੀ ਹੋ ਜਾਂਦੀ ਹੈ ਤੇ ਉਸਦੇ ਬਾਅਦ ਮੈਂ ਫਿਰ ਤੋਂ ਲਈ ਆਹੀ ਮਿਊਜ਼ਿਕ ਫਲਾਵਰ ਦਾ ਬਲੈਕ ਜੈਲ ਲਾਈਨਰ ਤੇ ਮੈਂ ਇਸ ਤਰ੍ਹਾਂ ਬਰਸ਼ ਦੀ ਹੈਲਪ ਦੇ ਨਾਲ ਆਪਣੀ ਵਾਟਰਲਾਈਨ ਦੇ ਉੱਤੇ ਲਗਾ ਲਿਆ ਵਾਟਰਲਾਈਨ ਦੇ ਉੱਪਰ ਇਸ ਨੂੰ ਲਗਾਉਣ ਤੋਂ ਬਾਅਦ ਮੈਂ ਇੱਕ ਬਲੈਕ ਸ਼ੈਡੋ ਫਿਰ ਤੋਂ ਲਈ ਹੈ ਤੇ ਛੋਟੇ ਜਿਹੇ ਬਰਸ਼ ਦੀ ਹੈਲਪ ਨਾਲ ਮੈਂ ਇਹਨੂੰ ਕਜਲ ਨੂੰ ਵੀ ਬਲੈਂਡ ਕਰ ਦਿੱਤਾ ਤੇ ਇਸ ਤਰ੍ਹਾਂ ਮੈਂ ਲੋਅਰ ਲੈਸ਼ ਲਾਈਨ ਤੇ ਵੀ ਲਗਾ ਲਿਆ ਤੁਸੀਂ ਕਿਸੇ ਚੀਜ਼ ਦੀ ਫਰਮਾਇਸ਼ ਕਰਦੇ ਹੋ ਤਾਂ ਮੈਂ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਆ ਅੱਜ ਕਿਸੇ ਨੇ ਫਰਮਾਇਸ਼ ਕੀਤੀ ਸੀ ਕਿ ਪੰਜਾਬੀ ਵਿੱਚ ਵੀਡੀਓ ਬਣਾਵਾ ਤਾਂ ਇਸ ਲਈ ਮੈਂ ਪੰਜਾਬੀ ਵਿੱਚ ਵੀਡੀਓ ਬਣਾ ਰਹੀ ਆ ਤੇ ਤੁਹਾਡਾ ਵੀ ਫਰਜ਼ ਥੋੜਾ ਜਿਹਾ ਬਣਦਾ ਏ ਕਿ ਮੇਰੀ ਹੈਲਪ ਕਰੋ ਮੇਰੇ ਚੈਨਲ ਨੂੰ ਸਪੋਰਟ ਕਰੋ ਠੀਕ ਹੈ ਉਹਦੇ ਬਾਅਦ ਮੈਂ ਬ੍ਰਾਊਨ ਸ਼ੈਡੋ ਦੇ ਨਾਲ ਬਲੈਕ ਨੂੰ ਫਿਰ ਤੋਂ ਬਲੈਂਡ ਕੀਤਾ ਅਤੇ ਪਾਊਡਰ ਸਾਰੇ ਨੂੰ ਮੈਂ ਡਸਟ ਆਫ ਕਰ ਦਿੱਤਾ ਜਿਹੜਾ ਵੀ ਮੈਂ ਲਗਾਇਆ ਸੀਗਾ ਠੀਕ ਹੈ ਤੇ ਉਸਦੇ ਬਾਅਦ ਮੈਂ ਇੱਥੇ ਨਾ ਕਰੀਮ ਕੰਟੋਰਿੰਗ ਜਿਹੜੀ ਨਾ ਮੈਂ ਪਹਿਲੇ ਕਰਨੀ ਸੀਗੀ ਬਟ ਕਈ ਵਾਰੀ ਨਾ ਦਿਮਾਗ 'ਚ ਕੋਈ ਚੀਜ਼ ਸਲਿੱਪ ਹੋ ਜਾਂਦੀ ਮਿਸਟੇਕਸ ਸਬ ਕੋਲੋਂ ਹੋ ਜਾਂਦੀਆਂ ਨੇ ਠੀਕ ਹੈ ਤੇ ਉਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਉਸਦੇ ਬਾਅਦ ਮੈਂ ਉਹੀ ਕੰਸੀਲਰ ਲੈ ਆ ਮੈਂ ਤਾਂ ਤੇ ਮੈਂ ਥੋੜਾ ਜਿਹਾ ਥੋੜਾ ਜਿਹਾ ਆਪਣੀ ਬਰੋ ਬੋਨ ਨੂੰ ਨੀਟ ਕਰ ਰਹੀ ਹਾਂ ਕਿਉਂਕਿ ਬਲੈਕ ਸ਼ੈਡੋ ਹੈ ਤੇ ਥੋੜਾ ਜਿਹਾ ਨੀਟ ਲੱਗਣਾ ਚਾਹੀਦਾ ਬਰੋ ਬੋਨ ਤੇ ਸੇਮ ਕੰਸੀਲਰ ਨਾਲ ਮੈਂ ਬਰੋ ਬੋਨ ਨੂੰ ਕੀਤਾ ਕਲੀਨ ਉਸਦੇ ਬਾਅਦ ਮੈਂ ਇਹ ਲੈ ਆਇਆ ਵਾਲਾ ਫੋਕਲੋਰ ਦਾ ਪੈਲੇਟ ਇਹਦੇ ਵਿੱਚ ਤੁਹਾਨੂੰ ਇੱਕ ਲਿਖਿਆ ਤੇ ਬ੍ਰੌਂਜ਼ਰ ਆ ਬਟ ਹਾਈਲਾਈਟਿੰਗ ਵਾਲੀ ਸ਼ੇਡ ਹੀ ਹੈਗੀ ਆ ਠੀਕ ਹੈ ਤੇ ਦੋ ਹਾਈਲਾਈਟਰਸ ਤੁਹਾਨੂੰ ਮਿਲ ਜਾਂਦੇ ਨੇ ਇਹਦੇ ਵਿੱਚ ਤੇ ਇੱਕ ਬਲਸ਼ਰ ਸ਼ੈਡੋ ਜਿਹੜੀ ਆ ਉਹ ਮ ਉਹਦੇ ਵਿੱਚੋਂ ਮੈਂ ਹਾਈਲਾਈਟਰ ਕੀਤਾ ਯੂਜ਼ ਆਪਣੇ ਇਨਰ ਕਾਰਨਰਸ ਨੂੰ ਹਾਈਲਾਈਟ ਕਰਨ ਵਾਸਤੇ ਠੀਕ ਹੈ ਉਸਦੇ ਬਾਅਦ ਮੈਂ ਆਪਣੇ ਆਈਲੈਸ਼ਸ ਨੂੰ ਜਿਹੜਾ ਕਰਲ ਕੀਤਾ ਉਹਦੇ ਬਾਅਦ ਮੈਂ ਇੱਥੇ ਫੋਕੂਲਰ ਦਾ ਮਸਕਰਾ ਜਿਹੜਾ ਯੂਜ਼ ਕੀਤਾ ਤੁਸੀਂ ਵੇਖ ਰਹੇ ਹੋਗੇ ਕਿ ਮੇਰੀ ਜਿਹੜੀ ਆਵਾਜ਼ ਹੈ ਜਦੋਂ ਮੈਂ ਹਿੰਦੀ 'ਚ ਸ਼ੂਟ ਕਰਦੀ ਆ ਮੈਂ ਨਾਰਮਲ ਜਿਹਾ ਹੀ ਬੋਲ ਪਾਨੀ ਆ ਬਟ ਅੱਜ ਪੰਜਾਬੀ ਵਿੱਚ ਹੈ ਤਾਂ ਪੰਜਾਬੀ ਵਿੱਚ ਮੈਂ ਥੋੜਾ ਜ਼ਿਆਦਾ ਕੰਫਰਟੇਬਲ ਹੁੰਨੀ ਆ ਵੀਡੀਓਜ਼ ਵਿੱਚ ਆਵਰ ਆਵਰ ਵੌਇਸ ਨਹੀਂ ਵੌਇਸ ਓਵਰ ਕਰ ਲਈ ਠੀਕ ਹੈ ਉਹਦੇ ਬਾਅਦ ਮੈਂ ਇਥੇ ਯੂਜ਼ ਕੀਤਾ ਹੈ ਕਾਇਲੀ ਦਾ ਕੰਟੋਰਿੰਗ ਵਾਲਾ ਸ਼ੇਡ ਜਿਹੜਾ ਮੈਂ ਯੂਜ਼ ਕੀਤਾ ਹੈ ਠੀਕ ਹੈ ਇਹ ਜਿਹੜੀ ਕਰੀਮ ਕੰਟੋਰਿੰਗ ਹੈ ਨਾ ਮੈਂ ਪਹਿਲੇ ਕਰਨੀ ਸੀ ਬਟ ਮੈਂ ਮੇਰੇ ਦਿਮਾਗ 'ਚ ਹੀ ਸਲਿੱਪ ਹੋ ਗਿਆ ਕਿ ਮੈਂ ਅੱਜ ਕਰੀਮ ਕੰਟੋਰਿੰਗ ਕਰਨ ਕਿਉਂਕਿ ਮੈਂ ਕਾਠੀ ਕਰਦੀ ਆ ਜ਼ਿਆਦਾ ਮੈਂ ਪਾਊਡਰ ਕੰਟੋਰਿੰਗ ਜਾਂ ਬ੍ਰੌਂਜ਼ਰ ਹੀ ਯੂਜ਼ ਕਰਦੀ ਆ ਤੇ ਬਟ ਅਗਰ ਤੁਸੀਂ ਕਰਨੀ ਹੈ ਕਰੀਮ ਕੰਟੋਰਿੰਗ ਤਾਂ ਪਾਊਡਰ ਲਗਾਉਣ ਤੋਂ ਪਹਿਲੇ ਹੀ ਕਰਿਓ ਬਾਅਦ ਵਿੱਚ ਨਾ ਕਰਿਓ ਠੀਕ ਹੈ ਕਿਉਂਕਿ ਬਲੈਂਡਿੰਗ ਕਰਨਾ ਥੋੜਾ ਡਿਫਿਕਲਟ ਤੇ ਮੈਂ ਇਸ ਤਰੀਕੇ ਨਾਲ ਲਗਾਇਆ ਤੁਸੀਂ ਦੇਖ ਰਹੇ ਹੋ ਮੈਂ ਕਿਤੇ ਕਿਤੇ ਲਗਾਇਆ ਯੂਜੂਅਲੀ ਮੈਂ ਜਿੱਥੇ ਲਗਾਨੀ ਮੌਥੇ ਲਗਾਇਆ ਤੇ ਇੱਕ ਛੋਟੇ ਜਿਹੇ ਬ੍ਰਸ਼ ਨਾਲ ਪਹਿਲੇ ਮੈਂ ਇਹਨੂੰ ਬਲੈਂਡ ਕੀਤਾ ਬ੍ਰਸ਼ ਦੀ ਹੈਲਪ ਦੇ ਨਾਲ ਇਹਨੂੰ ਬਲੈਂਡ ਕਰਨ ਤੋਂ ਬਾਅਦ ਮੈਂ ਫਿਰ ਤੋਂ ਬਿਊਟੀ ਬਲੈਂਡਰ ਜਿਹੜਾ ਉਹ ਮੈਂ ਯੂਜ਼ ਕੀਤਾ ਹੈ ਇਹਨੂੰ ਬਲੈਂਡ ਕਰਨ ਵਾਸਤੇ ਤਾਂ ਕਿ ਚੰਗੀ ਤਰ੍ਹਾਂ ਬਲੈਂਡ ਹੋ ਜਾਏ ਕਿਉਂਕਿ ਮੈਂ ਆਫਟਰ ਪਾਊਡਰਿੰਗ ਇਹਨੂੰ ਯੂਜ਼ ਕੀਤਾ ਹੈ ਦੇ ਅੱਛੇ ਤਰੀਕੇ ਨਾਲ ਮੈਨੂੰ ਕਰ ਲੂੰਗੀ ਬਲੈਂਡ ਤਾਂ ਕਿ ਕੋਈ ਵੀ ਲਾਈਨਸ ਵਗੈਰਾ ਨਾ ਦਿਖਣ ਠੀਕ ਹੈ ਉਹਦੇ ਬਾਅਦ ਮੈਂ ਇੱਥੇ ਫਿਰ ਤੋਂ ਜਿਹੜਾ ਕੰਪੈਕਟ ਮੈਕ ਦਾ ਯੂਜ਼ ਕੀਤਾ ਸੀ ਨਾ ਉਹਨੂੰ ਮੈਂ ਯੂਜ਼ ਕਰ ਰਹੀ ਹਾਂ ਥੋੜਾ ਜਿਹਾ ਇਹਨੂੰ ਕਰੀਮ ਕੰਟੋਰਿੰਗ ਨੂੰ ਸੈੱਟ ਕਰਨ ਵਾਸਤੇ ਤਾਂ ਕਿ ਸੈੱਟ ਹੋ ਜਾਏ ਮੈਂ ਇਹ ਦੇ ਉੱਪਰ ਬ੍ਰੌਂਜ਼ਰ ਜਿਹੜਾ ਉਹ ਨਹੀਂ ਯੂਜ਼ ਕਰ ਰਹੀ ਇਹਨੂੰ ਸੈੱਟ ਕਰਨ ਵਾਸਤੇ ਠੀਕ ਹੈ ਉਹਦੇ ਬਾਅਦ ਮੈਂ ਸੇਮ ਪੈਲੇਟ ਫੋਰ ਕੁਲਰ ਦੇ ਵਿੱਚ ਉਹ ਬਲਸ਼ਰ ਯੂਜ਼ ਕੀਤਾ ਇਹਦੇ ਵਿੱਚ ਥੋੜੀ ਜਿਹੀ ਲਾਈਟ ਕਲਰ ਲੱਗ ਰਿਹਾ ਬਟ ਇਹ ਪਿੰਕ ਸ਼ੇਡ ਹੈ ਮੈਟ ਹੈ ਸ਼ਾਇਦ ਲਾਈਟ ਦੇ ਨਾਲ ਤੁਹਾਨੂੰ ਥੋੜਾ ਲਾਈਟ ਲੱਗ ਰਿਹਾ ਹੈ ਤੇ ਇਸ ਤਰੀਕੇ ਨਾਲ ਮੈਂ ਬਲਸ਼ਰ ਜਿਹੜਾ ਉਹ ਲਗਾ ਲਿਆ ਮੈਨੂੰ ਬਲਸ਼ਰ ਲਗਾਉਣਾ ਤੇ ਹਾਈਲਾਈਟਰ ਲਗਾਉਣਾ ਨਾ ਬੜਾ ਵਧੀਆ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਮੇਰਾ ਫੇਸ ਬੜਾ ਵਧੀਆ ਹੋ ਗਿਆ ਜਦੋਂ ਵੀ ਮੈਂ ਲਗਾਨੀ ਆ ਤੇ ਹਾਈ ਕਿੰਨਾ ਮਤਲਬ ਕਿੰਨਾ ਸ਼ਾਈਨ ਕਰ ਰਿਹਾ ਕਿੰਨਾ ਹਾਈਲਾਈਟ ਕਰ ਰਿਹਾ ਕਿੰਨਾ ਗਲੋ ਕਰ ਰਿਹਾ ਫੇਸ ਇਹ ਤਰ੍ਹਾਂ ਦੇਖੋ ਤੇ ਜਿੱਤੇ ਜਿੱਤੇ ਮੇਰੇ ਹਾਈਐਸਟ ਪੁਆਇੰਟਸ ਨੇ ਫੇਸ ਦੇ ਮੇ ਲਗਾ ਲਿਆ ਉਸ ਤੋਂ ਬਾਅਦ ਮੈਂ ਆਈ ਥਿੰਕ ਕਿਸ ਬਿਊਟੀ ਦਾ ਲਿਪ ਲਾਈਨ ਹੈ ਯੂਜ਼ ਕੀਤਾ ਹੈ ਉਹਦੇ ਬਾਅਦ ਮੈਂ ਇਥੇ ਮਿਸ ਰੋਜ਼ ਦੀ ਲਿਪਸਟਿਕ ਬੁਲੇਟ ਲਿਪਸਟਿਕ ਜਿਹੜੀ ਮੈਂ ਯੂਜ਼ ਕੀਤੀ ਹੈ ਲਿਪਸਟਿਕ ਯੂਜ਼ ਕਰਨ ਤੋਂ ਬਾਅਦ ਮੈਂ ਕਿਸ ਬਿਊਟੀ ਦੀ ਜਿਹੜੀ ਆਹ ਕੌਣ ਸੀ ਹੈ ਇਹ ਕਿਹੜੀ ਵਾਲੀਆ ਲਿਕਵਿਡ ਲਿਪਸਟਿਕ ਹੈਗੀ ਆ ਮੈਂ ਭੁੱਲ ਗਈ ਉਹਨੂੰ ਕੀ ਨਾਮ ਆਉਂਦਾ ਉਹ ਮੈਂ ਯੂਜ਼ ਕੀਤੀ ਐ ਤੇ ਠੀਕ ਹੈ ਤੇ ਕਾਫੀ ਅੱਛੀ ਲੱਗ ਰਹੀ ਸੀ ਕਿਉਂਕਿ ਮੈਂ ਜਿਹੜੀ ਸਾਰੀ ਪਾਣੀ ਉਹਦੇ ਵਿੱਚ ਇਸ ਤਰ੍ਹਾਂ ਦਾ ਥੋੜਾ ਜਿਹਾ ਰੰਗ ਸੀਗਾ ਬਗਰ ਤੁਸੀਂ ਨਿਊਡ ਲਿਪਸਟਿਕ ਲਗਾਉਣਾ ਚਾਹੁੰਦੇ ਹੋ ਵੀ ਲਗਾ ਸਕਦੇ ਹੋ ਬਟ ਅੱਜ ਮੈਂ ਦੋਨਾਂ ਚੀਜ਼ਾਂ ਨੂੰ ਬੋਲਡ ਰੱਖਿਆ ਇਸ ਵੀ ਬੋਲਡ ਤੇ ਲਿਵਸ ਵੀ ਬੋਲਡ ਆ ਤੁਹਾਡੀ ਆਪਣੀ ਚੋਇਸ ਹੁੰਦੀ ਹੈ ਜਿੰਦਾ ਤੁਹਾਨੂੰ ਮੇਕਅੱਪ ਚਾਹੀਦਾ ਹੋਵੇ ਕੋਈ ਪੱਕਾ ਇਹਦੇ ਵਿੱਚ ਕੋਈ ਨਹੀਂ ਹੁੰਦਾ ਰੂਲ ਕਿ ਤੁਸੀਂ ਐ ਚੀਜ਼ ਹੀ ਕਰਨੀ ਆ ਠੀਕ ਹੈ ਬਟ ਸਕਿਨ ਕੇਅਰ ਵਿੱਚ ਥੋੜਾ ਜਿਹਾ ਹੁੰਦਾ ਕਿ ਆਪਣੀ ਸਕਿਨ ਦਾ ਧਿਆਨ ਰੱਖੋ ਪਹਿਲੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਕੀ ਲਗਾਉਣਾ ਉਹ ਥੋੜਾ ਧਿਆਨ ਰੱਖੋ ਬਾਕੀ ਮੇਕਅਪ ਦੇ ਵਿੱਚ ਕੋਈ ਰੂਲਸ ਰੈਗੂਲੇਸ਼ਨਸ ਨਹੀਂ ਹੁੰਦੇ ਹਰ ਇੱਕ ਬੰਦੇ ਦੀ ਆਪਣੀ ਚੋਇਸ ਹੁੰਦੀ ਹੈ ਆਪਣੀ ਮਰਜ਼ੀ ਹੁੰਦੀ ਹੈ ਜਿਸ ਤਰ੍ਹਾਂ ਉਹਨੂੰ ਚੰਗਾ ਲੱਗਦਾ ਹੋਵੇ ਜਾਂ ਆਪਣੇ ਫੇਸ ਅਕੋਰਡਿੰਗ ਜੋ ਉਹਨੂੰ ਚੰਗਾ ਲੱਗਦਾ ਹੋਵੇ ਠੀਕ ਹੈ ਨਾ ਤੇ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਤੇ ਵੀਡੀਓ ਪਸੰਦ ਆਵੇ ਤੇ ਲਾਈਕ ਕਰ ਦਿਓ ਠੀਕ ਹੈ ਤੇ ਵੀਡੀਓ ਨੂੰ ਆਪਣੇ ਫਰੈਂਡਸ ਐ ਫੈਮਿਲੀ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਵਾਅ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਮੈਨੂੰ ਤੁਸੀਂ ਫੇਸਬੁੱਕ ਤੇ ਪੇਜ ਹੈ ਉੱਥੇ ਵੀ ਫੋਲੋ ਕਰ ਸਕਦੇ ਹੋ ਗਰੁੱਪ ਹੈ ਉਹ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਤੇ ਸੀ ਯੂ ਗਾਇਜ਼ ਇਨ ਮਾਈ ਨੈਕਸਟ ਵੀਡੀਓ ਉਦੋਂ ਤੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਲਵ ਯੂ 올